असला नाजरीन आज मैं इन स्टेज की बहुत खूबसूरत अदाकारा हट्टी कट्टी सनम जटी ए, थोड़ा अरसा हो इस फील्ड इन्हों ने अपना आखे पैर रखे और माशाला इस वे इन्हों का पैर मुकम्मल तौर पर जम चुका है और ये बहुत अच्छा परफॉर्म कर रहे हैं और मुलाकात कर रहे हैं सनम जटी सनमीम ठीक है वाह जी वाह इस फील्ड एड्डी सोहनी उची लम्मी ਖਾਤੂਨ ਸਾਨੂੰ ਵੇਖਣ ਲਈ ਮਿਲੀ ਏ ਹੁਣ ਪਤਾ ਨਹੀਂ ਖੁਰਾਕਾਂ ਉਹ ਨਹੀਂ ਰਹੀਆਂ ਹੁਣ ਤੁਸੀਂ ਕਿੰਨੀ ਕਿੰਨੀ ਸਪੀਟ ਗਈਆਂ ਆਪਣਾ ਕੁੜੀਆਂ ਆ ਰਹੀਆਂ ਨੇ ਤੇ ਉਹ ਕਰ ਰਹੀਆਂ ਨੇ ਇੱਕ ਪੰਜਾਬ ਦੀ ਜਿਹੜੀ ਸ਼ਨਾਖਤ ਹੁੰਦੀ ਕਿ ਇੱਕ ਮਟਿਆਰ ਸੋਹਣੀ ਮਟਿਆਰ ਜੀ ਜੀ ਤੇ ਉਹ ਸੋਹਣੀ ਮਟਿਆਰ ਤੁਹਾਨੂੰ ਤੁਹਾਡੀ ਸ਼ਕਲ 'ਚ ਨਜ਼ਰ ਆਈ ਏ ਤੇ ਸਰਮ ਸਾਹਿਬ ਆਪਣਾ ਜਿਹੜਾ ਤਲਕ ਏ ਇਹ ਕਿਹੜੀ ਸਿਟੀ ਨਾਲ ਏ ਜੀ ਸਿਆਲਕੋਟ ਨਾਲ ਵਾ 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 ਸਿਆਲਕੋਟ ਸਿਆਲਕੋਟ क्या बड़ा शहर है और क्या खूबसूरत लोगों का शहर है जी और सयालकोट चो बड़े फनकार आए ने जी, जी अपना बड़े बड़े अच्छे लोग तो लिया ने, इस फील्ड से ले अपना समा खत्म तो हो कितनी है ਨਹੀਂ ਨਹੀਂ ਮੈਂ ਸੈਮਰਾ ਖਾਨ ਡਰਾਮਿਆ ਵਾਲੀ ਨਹੀਂ ਸੈਮਾ ਖਾਨ ਸੈਮਾ ਜੀ ਸੈਦ ਨੂਰ ਦੀ ਵਾਈਫ ਜਿਹੜੇ ਨੇ ਸੈਮਾ ਜੀ ਫਿਲਮਾਂ 'ਚ ਕੰਮ ਕਰਦੀ ਸੈਮਾ ਨੂਰ ਸਹਿਬਾ ਹਾਂ ਜੀ ਹਾਂ ਜੀ ਅੱਛਾ ਤੁਸੀਂ ਉਹਨਾਂ ਤੋਂ متاثر ਹੋਗੇ ਬਹੁਤ ਜ਼ਿਆਦਾ ਅੱਛਾ ਉਹਨਾਂ ਦੀ ਕਿਹੜੀ ਚੀਜ਼ ਨੇ ਤੁਹਾਨੂੰ متاثر ਕੀਤਾ ਕੋਈ ਫਿਲਮ ਦੇਖੀ ਸੀ ਉਹਨਾਂ ਦੀ ਜੀ ਜੀ ਮੈਂ ਉਹਨਾਂ ਦੀ ਚੂੜੀਆਂ ਮੂਵੀ ਦੇਖੀ ਅੱਛਾ ਜੀ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਮਾਸ਼ਾਅੱਲਾ ਹਾਂ ਜੀ ਸ਼ਾਇਦ ਮੇਰਾ ਵੀ ਥੋੜਾ ਜਿਹਾ ਅਸਰ ਸੀ ਹਾਂ ਜੀ ਤੇ ਬੜਾ ਅੱਛਾ ਰੋਲ ਸੀ ਬੜਾ ਅੱਛਾ ਉਹਨਾਂ ਨੇ ਕੰਮ ਕੀਤਾ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਨਾ

ਤੇ ਫਿਰ ਦੇਖਦੇ ਦੇਖਦੇ ਸਾਡੀ ਇੰਡਸਟਰੀ ਨੂੰ ਇੱਕ ਬਹੁਤ ਖੂਬਸੂਰਤ ਔਰ ਸੁੱਚਲ ਫਨਕਾਰਾ ਸੈਮਾ ਨੂਰ ਸਾਹਿਬਾ ਦੀ ਸ਼ਖਲ ਮਿਲ ਗਈ ਜੀ ਜੀ ਬਿਲਕੁਲ ਤੇ ਹੋ ਸਕਦਾ ਆਣ ਵਾਲੇ ਬਖਸ਼ ਤੁਸੀਂ ਵੀ ਉਸ ਜਾ ਕੇ ਮਕਾਮ ਤੇ ਖਲੋ ਜੋ ਇਨਸ਼ਾਅੱਲਾ ਜੀ ਇਨਸ਼ਾਅੱਲਾ ਸਾਡੇ ਦੋਵਾਂ ਤੁਹਾਡੇ ਨਾਲ ਨੇ ਜੀ ਜੀ ਇਨਸ਼ਾਅੱਲਾ ਤੇ ਤੁਸੀਂ ਮਾਸ਼ਾਅੱਲਾ ਜਿੱਡੀ ਤੁਹਾਡੀ ਹਾਈਟ ਹੈ ਜਿੱਡੇ ਤੁਸੀਂ ਸੋਹਣੇ ਜਵਾਨ ਹੋ ਤੇ ਤੁਸੀਂ ਇਸ ਫੀਲਡ ਦਾ ਹੀ ਚਣੌਕ ਕਿਉਂ ਕੀਤਾ ਤੁਸੀਂ ਅਗਰ ਪੁਲਿਸ ਚੁੰਨ ਲੇਤੇ ਹੁੰਨ ਨੂੰ ਮਾਸ਼ਾਅੱਲਾ ਚੰਗੇ ਬਲੇ ਸੀਨੀਅਰ ਐਸਐਚਓ ਹੋਣਾ ਸੀ ਤੁਸੀਂ ਪੁਲਿਸ ਵੱਲ ਕੀਤਾ ਸੀ ਰੁਜੂ ਲੇਕਿਨ ਮੇਰੀ ਫੈਮਲੀ ਵੱਲੋਂ ਕੁਝ ਪ੍ਰੋਬਲਮ ਸੀ ਅਗੋ ਅਕਸਰ ਸਿਆਲਕੋਟ ਤੋਂ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਪਹਿਲੇ ਪੁਲਿਸ ਜਾਂਦੀਆਂ ਜਿਵੇਂ ਅਦਾ ਕਰਾ ਸੈਮਾ ਜਿਹੜੀ ਹੈਗੀ ਸੈਮਾ ਖਾਨ ਉਹ ਵੀ ਪਹਿਲੇ ਪੁਲਿਸ ਸਨ ਸੁਣਿਆ ਜੀ ਜੀ ਤੇ ਉਹ ਪੁਲਿਸ ਤੋਂ ਫਿਰ ਇਧਰ ਅਸੀਂ ਤੁਸੀਂ ਪੁਲਿਸ ਜਾਣ ਦੀ ਟਰਾਈ ਕੀਤੀ ਹਾਂ ਜੀ ਲੇਕਿਨ ਕੁਝ ਫੈਮਲੀ ਇਸ਼ੂਜ਼ ਸਨ ਔਰ ਕੁਝ ਮੇਰੀ ਤਾਲੀਮ ਵੀ ਇਤਨੀ ਨਹੀਂ ਸੀ ਹੈ ਕਿ ਮੈਂ ਆਰਾਮ ਨਾਲ ਜਾ ਸਕਦੀ ਹਾਂ ਤੇ ਬਸ ਕਿਸਮਤ ਨੇ ਜੋ ਕਹਿੰਦੇ ਨਾ ਡਿਸਟਾਇਡ ਇਨਸਾਨ ਜੋ ਕਰਦਾ ਹੈ ਇਹ ਕਿਸਮਤ ਜੋ ਹੋ ਜਾਂਦਾ ਹੋਣਾ ਉਹ ਹੀ ਹੁੰਦਾ ਹੈ ਠੀਕ ਹੈ ਤੇ ਮੇਰਾ ਦਿਲ ਸੀ ਜਾਂ ਮੇਰੀ ਕਿਸਮਤ ਸੀ ਕਿ ਮੈਂ ਇਸ ਫੀਲਡ 'ਚ ਆਣਾ ਸੀ ਬਈ ਤੁਸੀਂ ਥਣੇਦਾਰ ਨਹੀਂ ਸੀ ਬਣਨਾ ਤੁਸੀਂ ਜ਼ਰਾ ਮਜ਼ੇਦਾਰ ਬਣਨਾ ਅੱਛਾ ਜੀ ਹਾਂਜੀ ਇਸ ਫੀਲਡ 'ਚ ਕਾਫੀ ਖਵaties ਨੂੰ ਕੁਝ ਇਤਰਾਜ਼ਾਤ ਹੁੰਦੇ ਨੇ ਕਿ ਅਸੀਂ ਇਸ ਫੀਲਡ 'ਚ ਆਈਆਂ ਵਾਂ ਤੇ ਸਾਨੂੰ ਮੁਖਤਲਫ ਤਰੀਕੇ ਦੀਆਂ ਆਫਰਸ ਹੋਈਆਂ ਨੇ ਕੋਈ ਜੀ ਜੀ ਆਰਟਿਸਟਾਂ ਲੋੋਂ ਕਿਸੇ ਪ੍ਰੋਡਿਊਸਰ ਲੋੋਂ ਆਪਣਾ ਤੁਹਾਨੂੰ ਕੋਈ ਐਸੀ ਤਕਲੀਫਾਂ ਆਈਆਂ ਸਟ੍ਰਗਲ ਦੌਰ ਚ ਜਦੋਂ ਤੁਸੀਂ ਸਟ੍ਰਗਲ ਦਾ ਇਹ ਮੁਕਦੀ ਨਹੀਂ ਕਿ ਕਿਆ ਤੁਸੀਂ ਇਹ ਤੁਹਾਡਾ ਕੋਈ ਤਜਰਬਾ ਐਸਾ ਹੋਇਆ ਇਹ ਨਹੀਂ ਯਾਨੀ ਕਿ ਤੁਹਾਨੂੰ ਕਿਸ ਨੇ ਆਫਰ ਕਰਾਈ ਕਿ ਨਹੀਂ ਨਹੀਂ ਬਿਲਕੁਲ ਮੈਂ ਕਹਿੰਨਾ ਕਿ ਇਹ ਜਿਹੜੀਆਂ ਸਾਡੀਆਂ ਸਟੇਜ ਦੀਆਂ ਕਈ ਆਰਟਿਸਟਾਂ ਨੇ ਬੜੀਆਂ ਨੰਬਰ ਆਰਟਿਸਟਾਂ ਵਿੱਚ ਠੀਕ ਜੀ ਉਹ ਵੀ ਇਤਰਾਜ਼ ਕਰਦੀ ਹਨ ਕਿ ਜੀ ਜਦ ਤੱਕ بڑے ਸਰ ਦਾ ਪਿਛੇ ਆਸ਼ੀਰਵਾਦ ਨਾ ਹੋਵੇ ਬੰਦਾ ਇਥੇ ਅਦਾਕਾਰੀ ਅਦਾਕਾਰੀ ਨਹੀਂ ਬਣ ਸਕਦਾ ਕਿ ਇੱਕ ਪਰਫਾਰਮ ਨਹੀਂ ਕਰ ਸਕਦਾ ਆਇਆ ਕਿ ਇੱਕ ਗੱਲ ਸਹੀ ਹੈ ਜਾਂ ਝੂਠੀ ਬਿਲਕੁਲ ਫਜ਼ੂਲ ਗੱਲ ਬਕਵਾਸ ਹੈ ਮੈਂ ਸੀਨੀਅਰ ਨੇ ਮੇਰੀਆਂ ਮੈਂ ਉਹਨਾਂ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਨਾ ਚਾਹਦੀ ਇੱਕ ਜਗ੍ਹਾ ਤਾਂ ਤੁਸੀਂ ਰੋਜ਼ੀ ਕਮਾ ਰਹੇ ਹੋ ਆਪਣਾ ਕੰਮ ਕਰ ਰਹੇ ਹੋ ਬੜੇ ਅੱਛੇ ਤਰੀਕੇ ਦੇ ਨਾਲ ਤੁਹਾਡੇ ਨਾਲ ਸਾਰੀ ਫੈਮਲੀ ਇੱਕ ਫੈਮਲੀ ਹੈ ਬਿਲਕੁਲ ਸਹੀ ਜਿੱਥੇ ਤੁਸੀਂ ਕੰਮ ਕਰਦੇ ਹੋ ਇੱਕ ਫੈਮਲੀ ਹੈ ਔਰ ਬਹੁਤ ਅੱਛਾ ਕਰ ਰਹੇ ਇੱਕ ਪਲੇਸ ਜਿੱਥੇ ਤੁਸੀਂ ਕੰਮ ਕਰਕੇ ਆਪਣਾ ਕਾਰ ਚਲਾ ਰਹੇ ਆਪਣੇ ਬੱਚੇ ਮੇਰਾ ਖਿਆਲ ਹੈ ਕਿ ਫੈਮਿਲੀ ਤੋਂ ਜ਼ਿਆਦਾ ਤੁਸੀਂ ਜਿਹੜਾ ਵਕਤ ਗੁਜ਼ਾਰਦੇ ਹੋ ਤੁਸੀਂ ਆਪਸ ਫਨਕਾਰ ਲੋਗ ਆਪਸ ਅਸੀਂ ਗੁਜ਼ਾਰ ਰਹੇ ਹਾਂ ਬਹੁਤ ਅੱਛਾ ਠੀਕ ਹੈ ਨਾ ਜੀ ਕਿਉਂਕਿ ਸਾਡਾ 3 ਘੰਟੇ ਦਾ ਥੀਏਟਰ ਹੁੰਦਾ ਹੈ ਅਗਰ ਹਿਸਲੇ ਤੇ 6 ਘੰਟੇ ਹੋ ਗਈ ਫਿਰ ਸਾਡਾ ਡੇਲੀ ਹੀ ਇੱਕ ਦੂਜੇ ਨਾਲ ਤੇ ਮੁਲਾਕਾਤ ਹੁੰਦੀ ਹੈ ਠੀਕ ਹੈ ਫਿਰ ਇੱਕ ਦੂਜੇ ਦੇ ਖੈਰ-ਅਫੀਤ ਦੇ ਬਾਰੇ ਪਤਾ ਰੱਖੀਦਾ ਹੈ ਕਿ ਕੌਣ ਕਿਸਰਾ ਹੈ ਕਿਉਂ ਨਹੀਂ ਆਇਆ ਤੇ ਇਫ ਅੱਛੀ ਫੈਮਿਲੀ ਦੀ ਸਾਡੀ ਜਿਹੜੀ ਗੱਲ ਜਾਣੀ ਚਾਹੀਦੀ ਹੈ ਸਾਡੇ ਵੇਖਣ ਵਾਲੇ ਤੱਕ ਆਡੀਅਸ ਤੱਕ ਕਿ ਅਸੀਂ ਇੱਕ ਫੈਮਿਲੀ ਦੇ ਤਰ੍ਹਾਂ ਕੰਮ ਕਰਦੇ ਹਾਂ ਫੈਮਿਲੀ ਇਹ ਸਾਡੀ ਬਹੁਤ ਖੂਬਸੂਰਤ ਫੈਮਿਲੀ ਹੈ ਔਰ ਅਸੀਂ ਇੱਕ ਦੂਸਰੇ ਦਾ ਅਹਿਸਾਸ ਬਹੁਤ ਕਰਨੇ ਆ ਬਹੁਤ ਜ਼ਿਆਦਾ ਹੈਲਪ ਕਰਨੇ ਇੱਕ ਦੂਸਰੇ ਦੇ ਨਾਲ ਕਿ ਹਾਂਜੀ ਵਹੀ ਹੈ ਕੰਮ ਤੁਸੀਂ ਸਿੱਖਣਾ ਕਰਨਾ ਹੈ ਐਨ ਜੀਓ ਵਿੱਚ ਯਾਨੀ ਕਿ ਪਤਾ ਹੀ ਨਹੀਂ ਹੈ ਕਿ ਅਸੀਂ ਕਿਸੇ ਹੋਰ ਜਗ੍ਹਾ ਤੇ ਆ ਗਏ ਅੱਛਾ ਸਰ ਨੂੰ ਜੀ ਮੇਰੇ ਕੋਰਸ ਵਾਲੇ ਅਰਸਤ ਦੋ ਸਾਲ ਤੋਂ ਮੇਰੇ ਖਲ ਤੁਸੀਂ ਇਸ ਫੀਲਡ ਵਿੱਚ ਆ ਗਏ ਹੋ ਜੀ ਜੀ ਬਿਲਕੁਕੁਲ ਇੱਥੇ ਤਾਂ ਤਕਰੀਬਨ ਕੋਈ ਲੜਕੀਆਂ ਕੁਛ 8 ਮਹੀਨੇ ਕੁਝ فنਕਾਰਾਂ 8 ਮ ਆਪਣੀ ਵੱਡੀ ਗੱਡੀ ਤੇ ਆਈਆਂ ਨੇ ਪ੍ਰਾਡੋ ਤੇ ਆਈਆਂ ਨੇ ਤੁਸੀਂ ਹਜੇ ਤੱਕ ਰਖਸ਼ਤ ਹੀ ਹੋ ਤੇ ਕੀ ਤੁਹਾਡੇ ਅਰੇਂਜ ਕਦੀ ਸ਼ਾਲੀਆਂ ਕਿ ਤੁਸੀਂ ਵੀ ਰਖਸ਼ਾ ਛੱਡ ਕੇ ਆਪਣੀ ਕਨਵੈਸ ਤੋਂ ਜੋ ਨਹੀਂ ਮੈਨੂੰ ਸੱਚੀ ਤੁਹਾਨੂੰ ਦੱਸਾਂ ਜੇ ਕਿ ਮੈਨੂੰ ਕਦੀ ਦਿਲ ਚ ਆਇਆ ਹੀ ਨਹੀਂ ਹੈ ਕਿ ਮੇਰੇ ਕੋਲ ਗੱਡੀ ਹੋਏ ਮੇਰੇ ਕੋਲ ਪ੍ਰਾਡੋ ਹੈ ਮੇਰੇ ਕੋਲ ਫਲਾਣੀ ਨਹੀਂ ਨਹੀਂ ਮੈਨੂੰ ਬੜੀ ਸੋਹਣੀ ਅੱਲਾਹ ਪਾਕ ਨੇ ਜ਼ਿੰਦਗੀ ਦਿੱਤੀ ਹੋਈ ਹੈ ਔਰ ਮੈਂ ਕਈ ਗੱਡੀਆਂ ਲਈ ਮੈਂ ਨਾਮ ਨਹੀਂ ਲੈਣਾ ਚਾਹਾਂਗੀ ਕਿ ਉਹਨਾਂ ਦੀ ਜੇਬ 'ਚ ਕੁਝ ਵੀ ਨਹੀਂ ਹੁੰਦਾ ਤੇ ਗੱਡੀਆਂ ਟੋਵਾ ਨਾਲ ਟੋਰਾ ਨਾਲ ਚਲਦੀਆਂ ਨੇ ਲੇਕਿਨ ਅੱਲਾ ਪਾਕ ਨੇ ਮੈਨੂੰ ਬਹੁਤ ਅਦਾ ਕੀਤਾ ਅਲਹਮਦੁਲਿਲਾ ਅੱਛਾ ਤੇ ਹੁਣ ਤੁਹਾਡੀ ਫੈਮਿਲੀ ਜਿਹੜੀ ਹੈ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਤੁਸੀਂ ਇੱਕ ਫਨਕਾਰ ਹੋ ਅ ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਉਹਨਾਂ ਨੇ ਅਦਾਕਾਰ ਹੋ ਗਈ ਜੀ ਹੁਣ ਪਤਾ ਚੱਲ ਗਿਆ ਉਹ ਪਤਾ ਲੱਗਿਆ ਜੀ ਜੀ ਤੇ ਹੁਣ ਹਜੇ ਵੀ ਤੁਹਾਡੀ ਕੋਈ ਸਪੋਰਟ ਕਰਦਾ ਹੈ ਜਾਂ ਉਹਦੇ ਵਿੱਚ ਕੋਈ ਮੁਖਾਲਫਤ ਕਰਦਾ ਹੈ ਬਹੁਤ ਜ਼ਿਆਦਾ ਨਹੀਂ ਜਿਹੜੇ ਮੁਖਾਲਫਤ ਵੀ ਕਰਦੇ ਨੇ ਔਰ ਸ਼ਰੀਕਾ ਤੁਹਾਨੂੰ ਪਤਾ ਹੈ ਸਾਡੇ ਲੋਕਾਂ ਦਾ ਸ਼ਰੀਕਾ ਜੀਣ ਨਹੀਂ ਦਿੰਦਾ ਉਹ ਨਹੀਂ ਜੀਣ ਦਿੰਦਾ ਜੇ ਤੇ لیکن اللہ دا بڑا کرم ہے کہ میری ماں میری جنت میرے نال ہے۔ اللہ انہاں نوں سلامت رکھے۔ اللہ پاک انہاں نوں بادشاہ رکھے۔ تہاڈے سراں تے ساڈے سراں تے سلامت رہن۔ تے جدوں تسی جوان ہوئے ماشاءاللہ جی جی تے تواڈے خاندان تے گرفڑ جیا پھڈا اے تے پی گئے ہونا شادی شودی دا کہ اسی ادھر منڈا ویاواں گے، ਕੁੜੀ سੋਹਣੀ جوان ہگی ہے۔ کیا کوئی ایسے سیاپے پے تواڈی زندگی وچ بھی؟ میری زندگی وچ بہت زیادہ یعنی کہ ایسے رشتےاں خالہ ہو گئی، ماما ہو گیا، پھپھی ہو گئی۔ بڑے معاملات ہوئے ਲੇਕਿਨ ਹਲਾ ਤੱਕ ਜ਼ਰਾ ਠੰਡੇ ਮੱਠੇ ਸਾਈਡ ਤੇ ਰੱਖੇ ਨੇ ਅੱਛਾ ਤੁਸੀਂ ਡਿਸਾਈਡ ਨਹੀਂ ਕੀਤਾ ਡਿਸਾਈਡ ਨਹੀਂ ਕੀਤਾ ਸ਼ਾਦੀ ਦੇ ਬਾਰੇ ਚ ਨਹੀਂ ਬਿਲਕੁਲ ਹੌਸਲਾ ਰੱਖੋ ਜੀ ਜੀ ਬਿਲਕੁਲ ਨੰਬਰ ਪਲੇਟ ਕੋਈ ਨਹੀਂ ਲੱਗੀ ਇਸੇ ਤਰ੍ਹਾਂ ਹੀ ਨਾ ਜੀ ਕਿਉਂਕਿ ਜ਼ੀਰੋ ਮੀਟਰ ਗੱਡੀ ਬੜੀ ਛੇਤੀ ਚੋਰੀ ਹੁੰਦੀ ਹੈ ਲੇਕਿਨ ਇਹ ਗੱਡੀ 2 ਸਾਲ ਤੋਂ ਇਸੇ ਤਰ੍ਹਾਂ ਹੀ ਹੈ ਕਿ ਰਿਕਸ਼ੇ ਤੇ ਆ ਰਹੀ ਹੈ ਲੇਕਿਨ ਅੱਲਾ ਨੇ ਸ਼ਾਇਦ ਆਪਣੀ ਮਿਹਨਤ ਨਾਲ ਮਿਹਨਤ ਨਾਲ ਇਨਸ਼ਾਅੱਲਾ ਮਿਹਨਤ ਨਾਲ ਔਰ ਮੈਂ ਚਾਹ ਰਹੀ ਹਾਂ ਕਿ ਇਹ ਜਿਹੜਾ ਤੁਸੀਂ ਦੂਸਰੇ ਦਿਨੀਆਂ ਚੌਥੇ ਦਿਨੀਆਂ ਮਹੀਨਾ ਦੋ ਮਹੀਨਾ ਮੈਂ ਨਹੀਂ ਚਾਹਦੀ ਹੈ ਕਿ ਮੈਂ ਉਹਨਾਂ ਔਰਤਾਂ ਆਰ ਮਤਲਬ ਜਲਦੀ ਜਲਦੀ ਕਰ ਲਾ ਨਹੀਂ ਆਹستہ ਆਹستہ ਹਰ ਸਟੈਪ ਇਨਸਾਨ ਨੂੰ ਲੈਣਾ ਚਾਹੀਦਾ ਔਰ ਜਿਹੜੀਆਂ ਇੰਜ ਡਾਇਰੈਕਟ ਕਰਦੀਆਂ ਤੇ ਨਜ਼ਰਾਂ ਚ ਵੀ ਆਉਂਦੀਆਂ ਤੇ ਫਿਰ ਬਾਅਦ ਜੋ ਹੈ ਵੀ ਕਹਿੰਦੀਆਂ ਨਰਜੀਫਾ ਸਾਨੂੰ ਫਲਾਣੇ ਨੇ ਆ ਕਰਤਾ ਤੇ ਉਹ ਕਰਤਾ ਹੂੰ ਇਹ ਖੁਦ ਹੀ ਇਨਸਾਨ ਦੀ ਆਪਣੀ ਅੰਦਰ ਦੀ ਮਰਜ਼ੀ ਹੁੰਦੀ ਕਿ ਉਹਨੇ ਕੀ ਕਰਵਾਣਾ ਹੈ ਕੀ ਨਹੀਂ ਕਰਵਾਣਾ ਕਰਨਾ ਬਿਲਕੁਲ ਸਹੀ ਤੇ ਡਾਂਸ ਮੈਂ ਤੁਹਾਡਾ ਨਹੀਂ ਦੇਖ ਸਕ ਰਿਹਾ ਕਿ ਤੁਸੀਂ ਕੋਈ ਗਾਣਾ ਸ਼ਾਣਾ ਜਿਹੜਾ ਥੀਏਟਰ ਚ ਨਹੀਂ ਕਰਦੇ ਹਾਲਾਂਕਿ ਆਣ ਵਾਲੀ ਲੜਕੀ ਦੀ ਸਭ ਤੋਂ ਪਹਿਲੀ ਖੁਆਇਸ਼ ਇਹ ਹੀ ਹੁੰਦੀ ਹੈ ਕਿ ਮੈਨੂੰ ਗਾਣੇ ਕਿੰਨੇ ਮਿਲਣਗੇ ਔਰ ਤੁਸੀਂ 2 ਸਾਲਾਂ ਦੇ ਵਿੱਚ ਮੈਂ ਨਹੀਂ ਤੁਹਾਡੇ ਮੂੰਹ ਤੋਂ ਸੁਣਿਆ ਕਿ ਮੈਂ ਗਾਣਾ ਵੀ ਕਰਨਾ ਹੈ ਤੇ ਕਿਉਂ ਨਹੀਂ ਕਰ ਰਹੇ ਗਾਣਾ ਜਾਂ ਤੁਸੀਂ ਗਾਣਾ ਕਰਨਾ ਨਹੀਂ ਚਾਹੁੰਦੇ ਸਰਦਾਰ ਕਮਾਲ ਬਹੁਤ ਵੱਡਾ ਨਾਮ ਹੈ सरदार कमाल मेरे सीनियर ने और मेरे उस्ताद ने और इज्जत के काबिल ने माशाला मैं अपनी जिंदगी सिर्फ यही सोचा ही जिस टाइम मैं इस फील्ड आ गई मैं इन्हों को सीखना है मैं, मैं, मैं डायलॉग सीखने ने मैं जो अदाकारी कर दियाँ ने मैं वो सीखना है हाँ रही गल डांस की तो इंशाला अनकरीब ਅਨ ਗ੍ਰਿਪ ਸਿੱਖ ਲੋਗੇ ਹਾਂ ਜੀ ਇਨਸ਼ਾਅੱਲਾ ਲੇਕਿਨ ਉਸਤਾਦਾਂ ਜਿਹੜੇ ਡਾਂਸ ਖਾਂਦੇ ਨੇ ਉਸਤਾਦ ਉਹ ਉੱਤੇ ਪੈਸੇ ਇੰਨੇ ਨਹੀਂ ਲੈਂਦੇ ਨੇ ਪਤਾ ਲੱਗਦਾ ਕਿ ਲੜਕੀਆਂ ਦੇ ਘਰ ਦੀ ਰਜਿਸਟਰੀ ਰਖਾ ਕੇ ਡਾਂਸ ਸਿੱਖੇ ਨੇ ਤੁਹਾਨੂੰ ਕੋਸਟੇ ਜਿਆ ਉਸਤਾਦ ਅਵੇਲੇਬਲ ਹੋਇਆ ਕੋਈ ਬਨਾਸਰ ਜਿਆ ਉਸਤਾਦ ਸਸਤੇ ਤਾਂ ਨਹੀਂ ਜੇ ਇੱਥੇ ਕੋਈ ਵੀ ਅੱਛਾ ਜੀ

ਤੇ ਉਹ ਇੱਕ ਦੋ ਜੀ ਨੇ ਮੇਰੇ ਕੋਲ ਨਾਮ ਨਹੀਂ ਲੈਣਾ ਚਾਹੁੰਗੇ ਉਹਨਾਂ ਕੋ ਫਾਰਮ ਵਗੈਰਾ ਦੇ ਉੱਤੇ ਮੇਰੇ ਕੋ ਸਾਈਨ ਲੈ ਲੈ ਲੇ ਲੇਕਿਨ ਉਹ ਫਾਰਮ ਮੇਰੇ ਤੋਂ ਜ਼ਰਾ ਹਟਕੇ ਸੀ ਤੇ ਇਸ ਵਜ੍ਹਾ ਤੋਂ ਮੈਂ ਮਨ ਕਰਤਾ ਇਨਸ਼ਾਅੱਲਾ ਅਗੋਂ ਆਂਦੀ ਤੇ ਫਿਰ ਜ਼ਰੂਰ ਕਰਾਂਗੇ ਨਹੀਂ ਫਾਰਮ ਮਤਲਬ ਐਗਰੀਮੈਂਟ ਕਰ ਲੈਣਾ ਦਾ ਹਾਂ ਜੀ ਫਿਲਮ ਦਾ ਐਗਰੀਮੈਂਟ ਕਰ ਲੈ ਕੇ ਸਾਡੇ ਤੋਂ ਇਲਾਵਾ ਤੁਸੀਂ ਕਿਸੇ ਹੋਰ ਦੀ ਫਿਲਮ ਆ ਗਲਤ ਕਰ ਲਿਆ ਨਾ ਮਤਲਬ ਕਿ ਅਗਰ ਤੁਸੀਂ ਛੁੱਟੀ ਕਰ ਲਓ ਤੁਹਾਡੀ ਮਾਂ ਵੀ ਮਰ ਜੇ ਤੇ ਤੁਸੀਂ ਨਹੀਂ ਆਣਾ ਔਰ ਨਹੀਂ ਆਣਾ ਤੇ ਤੁਹਾਡੇ ਹਿੱਸੇ 'ਚ ਅਸੀਂ ਇੰਨੇ ਪੈਸੇ ਢਾਲ ਦੇ ਨਹੀ ਨਹੀਂ ਐਡਾ ਕੋਈ ਜ਼ਾਲਮ ਐਗਰੀਮੈਂਟ ਨਹੀਂ ਹੋਣਾ ਚਾਹੀਦਾ ਨਾ ਅਸਰੰਦ ਹੋ ਸਕਦਾ ਤੇ ਐਗਰੀਮੈਂਟ ਤੇ ਤੁਹਾਡੇ ਤੋਂ ਪਹਿਲੇ ਵੀ ਕਈ ਅਡਿਸਨ ਕੀਤੇ ਨੇ ਫੀਮੇਲ ਨੇ ਕੀਤੇ ਮੇਲ ਨੇ ਵੀ ਕੀਤੇ ਠੀਕ ਹੈ ਜੋ ਹੁੰਦਾ ਸੀ ਪੰਜ ਫਿਲਮਾਂ ਦਾ 10 ਫਿਲਮਾਂ ਦਾ ਫਿਲਮ ਤਾਂ ਪਹਿਲੇ ਸਾਡੀ ਬਣ ਨਹੀਂ ਰਹੀ ਤੇ ਅੱਲਾ ਕਰੇ ਜੇ ਫਿਲਮ ਤੁਹਾਡੀ ਬਣ ਜਾਵੇ ਤੇ ਅਸੀਂ ਤੁਹਾਨੂੰ ਪਰਦਾ ਸਕਰੀਨ ਤੇ ਵੀ ਵੇਖਾਂਗੇ ਇਨਸ਼ਾ ਅੱਲਾ ਯਾਨੀ ਫਿਲਮ 'ਚ ਵੀ ਕੰਮ ਕਰੋ ਇਨਸ਼ਾ ਅੱਲਾ ਜੀ ਅੱਛਾ ਇੰਨੇ ਫਨਕਾਰਾਂ ਨਾਲ ਤੁਸੀਂ ਕੰਮ ਕਰਦੇ ਹੋ ਜੀ ਜੀ ਤੇ ਥੀਏਟਰ ਦੇ ਸਭੀ ਫਨਕਾਰਾਂ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਲੱਗਦਾ ਕਿ ਐਮਫਨ ਕਾਰਜ ਤੁਹਾਨੂੰ ਕਿਹੜਾ ਅੱਛਾ ਫਨਕਾਰ ਲੱਗਦਾ ਹੈ ਜੇ ਤੁਸੀਂ ਵੇਖ ਕੇ ਅਬਰਫਟ ਤੜਾਸ ਆ ਨਿਕਲ ਜਾਂਦਾ ਹੋਵੇ ਨਹੀਂ ਹੱਸਾ ਤੇ ਨਹੀਂ ਨਿਕਲਦਾ ਮੈਨੂੰ ਬੜਾ ਚੰਗਾ ਲੱਗਦਾ ਬੜਾ ਪ੍ਰੌਡ ਫੀਲ ਹੁੰਦਾ ਹੈ ਇੱਕ ਤੇਤ ਵੜਾ ਨਾਮ ਸਰਦਾਰ ਕਮਾਲ ਅਮਾਨਤ ਚੰਦ ਖਾਟਾ ਠਾਕੁਰ ਇਹ ਮੂਜੇ ਮੇਰੇ ਫੇਵਰੇਟ ਹੈ ਫੇਵਰੇਟ ਹੈ ਹਾਂ ਅੱਛਾ ਜੀ ਨਹੀਂ ਫੇਵਰੇਟ ਮੇਰੇ ਅੱਛਾ ਜਦੋਂ ਤੁਸੀਂ ਵੈਸੀ ਉੱਥੇ ਘਰ ਜਾਂਦੇ ਸੋ ਪਹਿਲੇ ਜਦੋਂ ਅਦਾਕਾਰਾ ਨਹੀਂ ਸੀ ਜੀ ਜੀ ਉਦੋਂ ਤੇ ਹੁਣ ਅਦਾਕਾਰਾ ਹੋਣ ਤੋਂ ਬਾਅਦ ਜਦੋਂ ਘਰ ਜਾਂਦੇ ਹੋ ਤੁਹਾਨੂੰ ਆਉ ਪਗਜ ਕੋ ਫਰਕ ਪਿਆ ਬਹੁਤ ਜ਼ਿਆਦਾ ਅੱਛਾ ਜੀ ਬਹੁਤ ਜ਼ਿਆਦਾ ਨੀ ਮਤ ਹੁਣ ਜ਼ਿਆਦਾ ਰਿਸਪੈਕਟ ਵਦੀ ਇਜ਼ਤ ਵਦੀ ਕਿ ਹੁਣ ਕੁੜੀ ਸਾਡੀ ਜਿਹੜੀ ਆਰਟਿਸਟ ਹੋ ਗਈ ਹੈ ਤੇ ਇਜ਼ਤ ਦਾ ਨਹੀਂ ਪਤਾ ਇਜ਼ਤ ਧੀਆਂ ਦੀ ਸਾਰੇ ਕਰਦੇ ਨੇ ਚਾਹੇ ਉਹ ਆਰਟਿਸਟ ਹੋਏ ਚਾਹੇ ਉਹ ਪਹਿਲੇ ਜਾਂਦੇ ਦਿਲ ਕਰਨ ਨੂੰ ਕਹਿਣਗੇ ਸਾਰੇ ਕੱਪੜੇ ਪਏ ਨੇ ਜਾਂ ਇਹ ਕੰਮ ਕਰਨਾ ਹੈ ਜਾਂ ਮੱਜਾ ਅੰਦਰ ਬੰਦ ਹੈ ਜਾਂ ਬਾਹਰ ਬੰਦ ਹੈ ਪਹਿਲੇ ਕਹਿ ਦਿੰਦੇ ਹੁਣ ਥੋੜਾ ਜਿਹਾ ਲਿਆਜ਼ ਆ ਗਿਆ ਹੁਣ ਕਿ ਨਹੀਂ ਯਾਰ ਹੁਣ ਆਦਾ ਕਰਾ ਗਈ ਤੇ ਕੋਈ ਨਹੀਂ ਸਰਦਾਰ ਸਾਹਿਬ ਸਾਰੀ ਜ਼ਿੰਦਗੀ ਮੱਜਾ ਨਹੀਂ ਪੱਟੇ ਪਾਏ ਨੇ ਤੇ ਉਹਦੇ ਡਰਦੇ ਨੇ ਸਾਰੇ ਉਹਨ ਤੇ ਇਹ ਹੀ ਹੁੰਦਾ ਕਿ ਪੁੱਤਰ ਇੱਥੇ ਬਹਿ ਜਾ ਤੇ ਆ ਤੇਰੇ ਅੱਗੇ ਆ ਜਾਂਦੀ ਚੀਜ਼ ਤੇ ਆ ਜਾਂਦੀ ਹੈ ਯਾਨੀ ਕਿ ਤੁਹਾਡੇ ਅਦਾਕਾਰ ਹੋਣ ਦੀ ਵਜ੍ਹਾ ਨਾਲ ਤੁਹਾਡੇ ਉਹਦੇ ਵਿੱਚ ਇੱਜ਼ਤ ਉਹਨਾਂ ਨੇ ਅਜ਼ਾਫਾ ਕੀਤਾ ਕਰ ਲੈਣਾ ਹਲਕਾ ਕਰ ਲੈਣਾ ਵੀ ਕਰਨ ਤੇ ਕੋਈ ਅਸੀਂ ਗੱਲ ਨਹੀਂ ਅਕਸਰ ਅਦਾਕਾਰ ਨੂੰ ਕਰਕੇ ਮੁਰਗੀ ਦਾਰ ਬਰਾਬਰੀ ਹੁੰਦੀ ਹੈ ਇੱਜ਼ਤ ਵਧ ਗਈ ਜੀ ਜੀ ਬਿਲਕੁਲ ਚਲੋ ਇਹ ਸਾਡੀਆਂ ਦੋਵਾਂ ਤੁਹਾਡੇ ਨਾਲ ਕਿ ਅੱਲਾਹ ਤੁਹਾਡੀ ਇੱਜ਼ਤ 'ਚ ਅਜ਼ਾਫਾ ਫਰਮਾਏ ਔਰ ਤੁਹਾਡੇ ਕੰਮ 'ਚ ਬਰਕਤ ਦੇਵੇ ਔਰ ਤੁਸੀਂ ਪਾਕਿਸਤਾਨ ਦੀ ਇੱਕ ਬਹੁਤ ਖੂਬਸੂਰਤ ਸਟਾਰ ਸਟਾਰ ਬਣ ਕੇ ਉਭਰੋ जिस तरह के नूर साहबा का जिक्र कर रहे हो कि मैं उन्होंने वेख के आई है इस तरह कल न कोई थोड़ी जूनियर इस बैठ के इस तरह अपने सीनियर की तारीफ कर रहे हो लो जी मेरे नाम सनम जट साहब सन मैनुनम इजाजत दो इन शाला फिर मुलाकात होगी अल्लाह अल्लाफि